ਸਰਪੰਚੀ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਜਿਹੜਾ ਉਹ ਪੰਜਾਬ ਦੇ ਵਿੱਚ ਲੱਗਿਆ ਹੋਇਆ, ਉਹਦੇ ਦੌਰਾਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੋਈ ਕੰਮ ਹੋਵੇ ਤਾਂ ਖੱਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ, ਸਗੋਂ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ। ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ, ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ 'ਚ ਆਪਣਾ ਕੰਮ ਕਰਵਾ ਰਹੇ ਨੇ। ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ, ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ, ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ 'ਤੇ ਫੋਨ ਕਰਕੇ ਦੱਸ ਦਿਓ, ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਅਤੇ ਬਾਕੀ ਕੰਮ ਸਾਡਾ। ਅਸਲਾ ਧਾਰਕਾਂ ਨੂੰ ਵੀ ਜਿੰਨਾ ਕੁ ਅਸਲਾ ਹੈਗਾ ਉਹ ਜਮ੍ਹਾਂ ਕਰਵਾਇਆ ਜਾਵੇ, ਲੇਕਿਨ ਹਜੇ ਤੱਕ 50% ਤੋਂ ਕਰੀਬ ਹੀ ਜਿਹੜੇ 50% ਦੇ ਕਰੀਬ ਜਿਹੜਾ ਅਸਲਾ ਜਮ੍ਹਾਂ ਹੋਇਆ, ਲੇਕਿਨ ਹਜੇ ਪੂਰਾ ਅਸਲਾ ਨਾ ਜਮ੍ਹਾਂ ਕਰਵਾਉਣ ਦੇ ਕਾਰਨ ਸਮਝੇ ਜਾ ਰਹੇ ਆ ਵੀ ਲੋਕ ਜਿਹੜੇ ਆ ਉਹ ਅਵੇਅਰ ਨਹੀਂ ਹੈਗੇ ਅਤੇ ਜਾਣ ਬੁੱਝ ਕੇ ਜਿਹੜਾ ਵੀ ਉਹ ਅਸਲਾ ਜਮ੍ਹਾਂ ਨਹੀਂ ਕਰਵਾ ਰਹੇ ਵੀ, ਜਿਸ ਕਰਕੇ ਪੁਲਿਸ ਨੂੰ ਇੱਕ ਵੱਡਾ ਚੈਲੇਂਜ ਝੇਲਣਾ ਪੈ ਰਿਹਾ, ਕਿਉਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਅਸਲਾ ਜਮ੍ਹਾਂ ਹੋਵੇਗਾ ਅਤੇ ਕਹਿ ਸਕਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਨੂੰ ਫਿਰ ਨਹੀਂ ਆਉਂਦੀਆਂ, ਕਿਉਂਕਿ ਹਿੰਸਕ ਘਟਨਾਵਾਂ ਦੇ ਵਿੱਚ ਜਿਹੜਾ ਅਸਲੇ ਦੀ ਵਰਤੋਂ ਹੋਣੀ, ਕੱਲ੍ਹ ਵੀ ਜ਼ਿਲ੍ਹੇ ਦੇ ਵਿੱਚ ਹਿੰਸਕ ਘਟਨਾਵਾਂ ਹੋ ਗਈ ਜਿੱਥੇ ਹਥਿਆਰ ਦੀ ਵਰਤੋਂ ਕੀਤੀ ਗਈ, ਪਰਸੋਂ ਫਿਰੋਜ਼ਪੁਰ ਦੇ ਵਿੱਚ ਵੀਡੀਓ ਆਫਿਸ ਵਿੱਚ ਜਿਹੜੀ ਆ ਫਾਇਰਿੰਗ ਕੀਤੀ ਗਈ, ਇਹ ਵੱਡੇ ਚੈਲੇਂਜ ਜਿਹੜੇ ਆ ਸਾਹਮਣੇ ਆ ਰਹੇ ਨੇ, ਕਿਉਂਕਿ ਚੋਣ ਜ਼ਾਬਤਾ ਵਿੱਚ ਇਹ ਚੀਜ਼ਾਂ ਜਦੋਂ ਵਾਪਰਦੀਆਂ ਹਥਿਆਰਾਂ ਦੀ ਵਰਤੋਂ ਹੁੰਦੀ ਆ ਅਤੇ ਵੱਡੀਆਂ ਮੁਸ਼ਕਲਾਂ ਜਿਹੜੀ ਹੈ ਪੁਲਿਸ ਨੂੰ ਆਉਂਦੀਆਂ, ਉੱਥੇ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਝੇਲਣੀਆਂ ਪੈ ਰਹੀਆਂ, ਅਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਜਿਹੜਾ ਵੀ ਉਹ ਪੂਰਾ ਦਾ ਪੂਰਾ ਜਿਹੜਾ ਅਸਲਾ ਉਹ ਜਮ੍ਹਾਂ ਕਰਵਾਵੇ ਤਾਂ ਜੋ ਇਹੋ ਜਿਹੀ ਹਿੰਸਕ ਘਟਨਾਵਾਂ ਜਿਵੇਂ ਚੋਣ ਜ਼ਾਬਤੇ ਵਿੱਚ ਖਾਸ ਤੌਰ 'ਤੇ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਉਹ ਨਾ ਹੋ ਸਕੇ। ਲੇਕਿਨ ਹਜੇ ਤੱਕ ਅਧਿਕਾਰੀਆਂ ਦੇ ਕਹਿਣਾ ਕਿ 50% ਦੇ ਕਰੀਬ ਹੀ ਜਿਹੜਾ ਹਜੇ ਅਸਲਾ ਜਮ੍ਹਾਂ ਹੋਇਆ ਅਤੇ ਅਸੀਂ ਜਲਦੀ ਪੂਰਾ ਅਸਲਾ ਜਮ੍ਹਾਂ ਕਰਾਵਾਂਗੇ, ਲੇਕਿਨ ਇਹ ਕਦੋਂ ਹੋਵੇਗਾ ਜਦੋਂ ਹਿੰਸਕ ਘਟਨਾਵਾਂ ਵਾਪਰ ਜਾਣਗੀਆਂ, ਇਹ ਇੱਕ ਵੱਡਾ ਸਵਾਲ ਜਿਹੜਾ ਪੁਲਿਸ ਪ੍ਰਸ਼ਾਸਨ 'ਤੇ ਖੜ੍ਹਾ ਜ਼ਰੂਰ ਹੁੰਦਾ, ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਹੁਣ ਜਿਹੜਾ 15 ਅਕਤੂਬਰ ਨੂੰ ਵੀ ਕਹਿ ਸਕਦੇ ਹਾਂ ਵੀ ਜਿਹੜਾ ਵੀ ਚੋਣਾਂ ਹੋਣੇ ਆ ਪੰਚੀ ਸਰਪੰਚੀ ਤੋਂ, ਅਤੇ ਅੱਜ ਵੀ ਦੇ ਤਰੀਕ ਦੇ ਵਿੱਚ ਸਾਰੇ ਅਸਲੇ ਜਿਹੜਾ ਉਹ ਜਮ੍ਹਾਂ ਹੋ ਜਾਣੇ ਚਾਹੀਦੇ ਆ, ਲੇਕਿਨ ਅਸਲਾ ਪੂਰਾ ਜਮ੍ਹਾਂ ਨਾ ਹੋਣਾ ਕਿਤੇ ਨਾ ਕਿਤੇ ਪੁਲਿਸ ਦੀ ਵੀ ਲਾਪਰਵਾਹੀ ਦਿਖਾਈ ਦੇ ਰਹੀ ਆ, ਉੱਥੇ ਉਹ ਲੋਕ ਵੀ ਜਿਹੜੇ ਆ ਉਹ ਵੀ ਜ਼ਿੰਮੇਵਾਰ ਹੈਗੇ ਨੇ ਜੋ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਉਂਦੇ, ਉਹਨਾਂ ਨੂੰ ਚਾਹੀਦਾ ਕਿ ਆਪਣਾ ਪੂਰਾ ਅਸਲਾ ਜਮ੍ਹਾਂ ਕਰਵਾਵੇ ਤਾਂ ਕਿ ਪੁਲਿਸ ਦਾ ਵੀ ਸਹਿਯੋਗ ਕੀਤਾ ਜਾ ਸਕੇ, ਉੱਥੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਉਹਨਾਂ ਵਾਸਤੇ ਵੱਡਾ ਇੱਕ ਚੈਲੇਂਜ ਰਹਿੰਦਾ ਜਿਹੜੇ ਲੋਕਾਂ ਕੋਲ ਅਸਲਾ ਮੌਜੂਦ ਰਹਿੰਦਾ ਜਦੋਂ ਹਿੰਸਕ ਘਟਨਾਵਾਂ ਵਾਪਰਦੀਆਂ, ਲੋਕ ਉਹਦੀ ਉਹ ਵਰਤੋਂ ਕਰਦੇ ਆ, ਉਸ ਤੋਂ ਬਾਅਦ ਜਿਹੜੀ ਆ ਪੁਲਿਸ ਜਾਗਦੀ ਆ ਅਤੇ ਕਾਰਵਾਈ ਕਰਦੀ ਦਿਖਾਈ ਦਿੰਦੀ ਆ, ਲੇਕਿਨ ਇਹ ਜਿਹੜੀ ਕਾਰਵਾਈ ਆ ਉਹ ਪਹਿਲਾਂ ਹੀ ਕਰਨੀ ਚਾਹੀਦੀ ਆ। ਇਸ ਕਰਕੇ ਪੁਲਿਸ ਪ੍ਰਸ਼ਾਸਨ ਹੁਣ ਕਦੋਂ ਮਤਲਬ ਕਿ ਸਖਤੀ ਪੂਰੀ ਤਰ੍ਹਾਂ ਜਿਹੜਾ ਵਰਤੇਗਾ ਇਹ ਦੇਖਣਾ ਬਾਕੀ। ਅਸੀਂ ਸਾਰਿਆਂ ਜਿਹੜੇ ਸਾਡੇ ਉਹਨਾਂ ਨੂੰ ਰਿਕੁਐਸਟ ਕਰਕੇ ਹੁਕਮ ਜੋ ਵੀ DC ਸਾਹਿਬ ਦਾ ਹੁਕਮ ਹੈ, ਮਾਨਯੋਗ DC ਸਾਹਿਬ ਦਾ, ਅਤੇ ਉਹਦੇ ਹੁਕਮ ਤੋਂ ਸਾਰਿਆਂ ਨੂੰ ਜਾਣੂ ਕਰਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਹਥਿਆਰ ਜਿਹੜਾ ਜਮ੍ਹਾਂ ਕਰਾਉਣ ਨੂੰ ਕਹਿ ਰਹੇ। ਸਾਡੇ ਕਾਫੀ ਹਥਿਆਰ 50% ਤੋਂ ਉੱਪਰ ਜਿਹੜਾ ਜਮ੍ਹਾਂ ਵੀ ਹੋ ਚੁੱਕੇ ਆ,
ਬਾਕੀ ਵੀ ਜਿਹੜਾ ਬਹੁਤ ਜਲਦੀ 2-4 ਦਿਨ ਦੇ ਵਿੱਚ ਸਾਰੇ ਮੁਕੰਮਲ ਹਥਿਆਰ ਜਮ੍ਹਾਂ ਕਰਾ ਲਏ। ਸਰ ਚੋਣ ਜ਼ਾਬਤੇ ਵਿੱਚ ਵਰਤੋਂ ਵੀ ਹੁੰਦੀ ਹੈ ਹਥਿਆਰਾਂ ਦੀ, ਫਿਰ ਤੁਹਾਡੇ ਵਾਸਤੇ ਮੁਸ਼ਕਲਾਂ ਤਾਂ ਆਉਂਦੀਆਂ ਜਿਹੜੇ ਨਹੀਂ ਜਮ੍ਹਾਂ ਕਰਵਾਉਂਦੇ? ਨਹੀਂ ਕੋਈ ਨਹੀਂ, ਉਹ ਸਾਡੇ ਵਾਸਤੇ ਕੋਈ ਡਿਊਟੀ ਸਾਡੀ ਜੋ ਵੀ ਹੈਗਾ ਕੋਈ ਚੈਲੇਂਜ ਨਹੀਂ ਇਸ ਤਰ੍ਹਾਂ। ਬਾਕੀ ਲੋਕ ਸਿਆਣੇ ਅਸੀਂ ਅਵੇਅਰ ਵੀ ਕਰ ਰਹੇ ਹਾਂ ਲੋਕਾਂ ਨੂੰ, ਕੁਛ ਪਰਸੈਂਟ ਹੁੰਦੇ ਆ ਬਾਕੀ ਠੀਕ ਹੈ, ਸਾਰੇ ਲੋਕ ਜਾਗਰੂਕ ਹੋ। ਨਜਾਇਜ਼ ਅਸਲਾ ਵੀ ਚੱਲਦਾ ਵੀ ਸਰ? ਨਹੀਂ ਜੀ, ਅਸੀਂ ਨਜਾਇਜ਼ ਅਸਲਾ ਸਮੇਂ ਸਮੇਂ ਸਿਰ ਜਿਹਦੇ ਕੋਲ ਹੁੰਦਾ ਉਹਦੇ ਕਰ ਵੀ ਹੁੰਦੀ ਹੈ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ, ਫਿਰੋਜ਼ਪੁਰ।